अस्सलाम वालेकुम, सत श्री अकाल। मैं तुहाडा अपना राणा इमरान, ते अज असी जिन्हां दा इंटरव्यू कर रहे हैं अंकल जी, इन्हां दे ना वड्डे जिहड़े अज तो तकरीबन पाकिस्तान बनन तो पहले इन्हां दे रिश्तेदार बहुत सारे उत्थे इंडिया दे विच रह गए, इन्हां दे भाई, इन्हां दे कज़न। ते साडा इन्हां दा अज इंटरव्यू करन दा मकसद ये आ कि ताकि इन्हां दे ओह भरा जिहड़े पाकिस्तान बनन तो पहले विछड़ गए ने इन्हां तो, ताकि ओह इन्हां नूं मिल जाण। और इस वीडियो नूं तुसीं वध तो वध शेयर करियो ताकि वो जल्द तो जल्द उन्हां तक पहुँच जाए, तो असीं इस कार्य खैर सारे हिस्सा लईए। अस्सलाम वालेकुम जी। वालेकुम सलाम। अपना नाम दस्सिओ जी। मुहम्मद यूसुफ। वाल साहब दा? मुहम्मद सुलेमान। ते दादा जी दा भी दस्सिओ। रहमत अली। ते जिहड़े तुहाडे भाई विछड़ गए ने तुहाडे नाल, आ परदादा जी दा भी? परदादा जी दा नाम सी साडे रहमत अली वल्द हुसैन उर्फ हसनू। ठीक है जी। असी ज़िला रोहतक दे रहण वाले सां। अच्छा। तहसील साडी सी उस वक्त सन 47 विच सुनपत। ठीक है। ते गांव सी साडा बेगा। ठीक है। ते बेगे दे विचों मेरा दादा जी सी, उन्हां दा नां सी रहमत अली, मुल्ला रहमत उन्हूं आंदे सन। ठीक है। ओह तो सन 47 च इत्थे शिफ्ट हो गए सन, साडी ते पैदाइश इत्थों दी। ठीक है। ते ओह दादी साडी दे भरा ते दादे दे मेरे दे रिश्तेदार कुछ उत्थे रह गए सन। ठीक है। ते मैं चाहना वा मैं उन्हां दी तीसरी नसल हाँ। ठीक है। नहीं तुसीं पहले पहले अपना वो जिहड़ा पिंड है ना वो दसो, किहड़ा तुहाडा पिंड है? साडा पिंड सी बेगा। बेगा उहदा कोई जिला थाना मतलब तहसील सी उहदी सुनपत। ठीक है। ते उदों हुण ते शायद सुनपत भी जिला होया होवे। ठीक है। ते जिला सी उदों रोहतक। ठीक है। गांव सी बेगा। ਠੀਕ ਹੈ। ਅਤੇ ਤੁਹਾਡੇ ਜਿਹੜੇ ਕਜ਼ਨ ਉੱਥੇ ਰਹਿ ਗਏ ਨੇ ਉਹ 45 ਸਾਲ ਪਹਿਲੇ ਤੁਹਾਡਾ ਉਹਨਾਂ ਨਾਲ ਰਾਬਤਾ ਹੁੰਦਾ ਸੀ? ਸਾਡੇ ਉਹ ਕਜ਼ਨ ਨਹੀਂ ਬਣਦੇ। ਹਾਂਜੀ। ਸਾਡੇ ਉਹ ਬਣਨਗੇ ਮੇਰੀ ਦਾਦੀ ਦੇ ਭਾਈ। ਠੀਕ ਹੈ। ਜਿਹੜੇ ਉੱਥੇ ਰਹਿ ਗਏ ਸਨ ਹੁਣ ਉਹਨਾਂ ਦੀਆਂ ਔਲਾਦਾਂ ਨੇ ਉਸੇ ਪਿੰਡ 'ਚ। ਠੀਕ ਹੈ। ਉਹ ਅਗਰ ਮੈਨੂੰ ਬੜਾ ਸ਼ੌਕ ਹੈ ਜੇ ਉਹਨਾਂ ਦੀ ਮੁਲਾਕਾਤ ਮੇਰੇ ਨਾਲ ਹੋ ਜਾਏ ਤਾਂ ਫੋਨ 'ਤੇ। ਠੀਕ ਹੈ। ਅਤੇ ਹੋਰ ਜਿਹੜੇ ਸਾਡੇ ਰਿਸ਼ਤੇਦਾਰ ਨੇ ਉਹਨਾਂ ਦੀ ਮੁਲਾਕਾਤ ਮੇਰੇ ਨਾਲ ਹੋ ਜਾਏ। ਠੀਕ ਹੈ। ਉਹ ਇਸ ਜ਼ਰੀਏ ਨਾਲ ਅਗਰ ਮੇਰੀ ਕੋਈ ਆਵਾਜ਼ ਸੁਣਦਾ ਉਸ ਪਿੰਡ ਦਾ ਬੰਦਾ ਜ਼ਰੂਰ ਜਾਂ ਉਸ ਇਲਾਕੇ ਦਾ ਬੰਦਾ, ਹਾਂਜੀ, ਅਤੇ ਉਹਨਾਂ ਨੂੰ ਮੈਂ ਇਸ ਤਰੀਕੇ ਨਾਲ ਸਮਝਾ ਦਿਆਂਗਾ ਕਿ ਮੇਰੇ ਦਾਦਾ ਜੀ ਦਾ ਨਾਂ ਜਿਹੜਾ ਉੱਥੋਂ ਇੱਥੇ ਆ ਗਿਆ ਸੀ ਉਹਦਾ ਨਾਂ ਸੀ ਮੁੱਲਾ ਰਹਿਮਤ। ਠੀਕ ਹੈ। ਔਰ ਉਹਨਾਂ ਦੇ ਬਾਪ ਦਾ ਨਾਂ ਸੀ, ਪੜਦਾਦੇ ਦਾ ਯਾਨੀ ਮੇਰੇ ਦਾ, ਹੁਸੈਨ ਉਰਫ ਹਸਨੂ ਉਹਨਾਂ ਨੂੰ ਆਉਂਦੇ ਸਨ। ਠੀਕ ਹੈ। ਅਤੇ ਜਿਹੜੇ ਉੱਥੇ ਤੁਹਾਡੇ ਰਹਿ ਗਏ ਨੇ ਉਹਨਾਂ ਦੇ ਨਾਮ ਵੀ ਦੱਸ ਦਿਉ ਤਾਂ ਕਿ ਉਹ ਈਜ਼ੀਲੀ ਮਿਲ ਜਾਣ। ਉਹਨਾਂ ਦੇ ਨਾਂ ਮੈਨੂੰ ਯਾਦ ਨਹੀਂ ਆਇਆ ਕਿਉਂਕਿ ਉਹ ਮੇਰੀ ਦਾਦੀ ਦੇ ਭਾਈ ਸਨ। ਠੀਕ ਹੈ। ਅਤੇ ਜਿਹੜੀ ਮੇਰੀ ਦਾਦੀ ਸੀ ਉਹਨਾਂ ਦਾ ਨਾਂ ਸੀ ਅਸਗਰੀ ਬੀਬੀ। ਠੀਕ ਹੈ। ਉਹ ਉੱਥੇ ਰਹਿ ਗਏ ਨੇ ਕਿ ਉਹ ਆ ਗਏ ਸਨ ਨਾ? ਲੇਕਿਨ ਉਹਦੇ ਭਾਈ ਉੱਥੇ ਰਹਿ ਗਏ ਸਨ। ਜੇ ਉਹਨਾਂ ਦਾ ਕਿਸੇ ਦਾ ਕੋਈ ਨਾਮ ਯਾਦ ਆ ਤਾਂ ਉਹ ਜ਼ਰਾ ਦੱਸ ਦਿਓ ਸੁਣਨ ਵਾਲਿਆਂ ਨੂੰ। ਉਹਨਾਂ ਦਾ ਨਾਮ ਮੈਨੂੰ ਨਹੀਂ ਯਾਦ ਕਿਉਂਕਿ ਉਹ ਮੈਂ ਦਾਦੀ ਹੋਰਾਂ ਕੋਲੋਂ ਇੰਨਾ ਨਹੀਂ ਸੁਣਿਆ ਕਿ ਉਹਨਾਂ ਦੇ ਭਾਈਆਂ ਦਾ ਕੀ ਨਾਂ ਸੀ। ਠੀਕ ਹੈ। ਮੈਂ ਆਪਣੇ ਦਾਦੇ ਦਾ ਨਾਂ, ਪੜਦਾਦੇ ਦਾ ਨਾਂ, ਆਪਣੇ ਮੇਰੇ ਉਦੋਂ ਵਾਲਦ ਸਾਹਿਬ ਵੀ ਉਦੋਂ ਛੋਟੇ ਜਿਹੇ ਸਨ ਦਾਦਾ ਜੀ ਦੇ ਨਾਲ ਜਦੋਂ ਆਏ ਨੇ, ਉਹਨਾਂ ਦੀ ਸ਼ਾਦੀ ਉਹ ਇੱਥੇ ਹੋਈ, ਫਿਰ ਅਸੀਂ ਸਨ ਮੇਰੀ ਸਨ ਭੈਣ ਦੀ ਪੈਦਾਇਸ਼ ਏ। ਠੀਕ ਹੈ। ਅਤੇ ਬਹਰਹਾਲ ਮੈਨੂੰ ਇਹ ਸ਼ੌਕ ਬੜਾ ਕਿ ਮੈਰੀ ਉਹ ਅਗਰ ਪੁਰਾਣੀ ਰਿਸ਼ਤੇਦਾਰੀ ਉਹਨਾਂ ਦੇ ਵਿੱਚੋਂ ਉਹਨਾਂ ਦੀਆਂ ਔਲਾਦਾਂ ਕੋਈ ਮੈਨੂੰ ਸੁਣਦੀਆਂ ਹੋਣ ਅਤੇ ਉਹ ਮੇਰੇ ਨਾਲ ਮੁਲਾਕਾਤ ਕਰਨ ਤਾਂ ਮੈਨੂੰ ਬੜੀ ਖੁਸ਼ੀ ਹੋਏਗੀ। ਮਿਲਣੇ ਚਾਹੀਦੇ ਆ ਜੀ। ਅਸੀਂ ਸਾਰੇ ਸੁਣਨ ਵਾਲਿਆਂ ਨੂੰ ਇਹ ਰਿਕੁਐਸਟ ਕਰਾਂਗੇ ਕਿ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਉਹ ਜਿਹੜੇ ਰਿਸ਼ਤੇਦਾਰ ਇੰਡੀਆ ਦੇ ਵਿੱਚ ਰਹਿ ਗਏ ਨੇ ਇਹ ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਨੇ। 45 ਸਾਲ ਪਹਿਲੇ ਇਹਨਾਂ ਦਾ ਰਾਬਤਾ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਦਾ ਰਾਬਤਾ ਦਾਦਾ ਗਿਆ ਸੀ ਇੱਥੋਂ। ਅੱਛਾ ਜੀ। ਹਾਂਜੀ, ਤਕਰੀਬਨ ਕਮੋ ਪੇਸ਼ 45 ਸਾਲ ਪਹਿਲੇ। ਠੀਕ ਹੈ। ਮੇਰਾ ਦਾਦਾ ਗਿਆ ਸੀ ਵਾਪਸ ਆਪਣੇ ਪਿੰਡ ਬੇਗੇ ਵਿੱਚ ਹੋ ਕੇ ਆਇਆ ਸੀ।
ਉਹਨਾਂ ਨੂੰ ਮਿਲ ਕੇ ਆਇਆ ਸੀ ਉਹਨਾਂ ਨੂੰ ਮਿਲ ਕੇ ਆਇਆ ਸੀ ਬਲਕਿ ਮੇਰਾ ਖਿਆਲ ਜਿੱਥੋਂ ਤੱਕ ਮੈਨੂੰ ਯਾਦ ਆਉਂਦੀ ਹੈ ਨਾ ਹਾਂਜੀ ਕਿ ਉਹਨਾਂ ਦੀਆਂ ਜ਼ਮੀਨਾਂ ਵੀ ਜਿਹੜਾ ਮੇਰਾ ਦਾਦਾ ਜੀ ਸੀ ਉਹਦੇ ਕੁਝ ਰਿਸ਼ਤੇਦਾਰਾਂ ਦੀਆਂ ਜ਼ਮੀਨਾਂ ਇੱਥੇ ਆ ਗਈਆਂ ਸਨ ਮੇਰੇ ਦਾਦੇ ਦੇ ਨਾਂ 'ਤੇ ਠੀਕ ਉਹਨਾਂ ਦੇ ਯੂਨਿਟ ਵੀ ਇੱਥੇ ਆ ਗਏ ਸਨ ਲੇਕਿਨ ਉੱਥੇ ਉਹਨਾਂ ਨੂੰ ਨਹੀਂ ਫਿਰ ਮਿਲੀ ਹੋਈ ਉੱਥੇ ਉਹਨਾਂ ਨੂੰ ਸ਼ਾਇਦ ਫਿਰ ਨਾ ਮਿਲੀ ਹੋਈ ਫਿਰ ਇਹ ਇੱਥੋਂ ਉਹ ਜ਼ਮੀਨ ਵੇਚ ਕੇ ਉਹਨਾਂ ਵਾਸਤੇ ਸੋਨਾ ਬਣਵਾ ਕੇ ਲੈ ਕੇ ਗਿਆ ਸੀ ਅਤੇ ਉਹਨਾਂ ਨੂੰ ਦੇ ਕੇ ਆਇਆ ਸੀ ਅੱਛਾ ਇਹ ਗੱਲਾਂ ਮੈਨੂੰ ਯਾਦ ਨੇ ਮੇਰੇ ਵੱਡੇ ਮੈਨੂੰ ਦੱਸਦੇ ਸਨ ਠੀਕ ਹੈ ਅਤੇ ਜੇ ਇਹ ਗੱਲਾਂ ਉਹਨਾਂ ਨੂੰ ਵੀ ਯਾਦ ਹੋਣਗੀਆਂ ਲਾਜ਼ਮੀ ਹੈ ਹਾਂਜੀ ਬਿਲਕੁਲ ਅਤੇ ਉਹ ਮੇਰੇ ਨਾਲ ਰਾਬਤਾ ਤੁਸੀਂ ਆਪਣੀ ਬੋਲੀ ਦੇ ਵਿੱਚ ਉਹਨਾਂ ਨੂੰ ਜ਼ਰਾ ਕਹਿ ਦਿਓ ਕਿ ਮੇਰੇ ਨਾਲ ਰਾਬਤਾ ਕਰੋ ਤੁਸੀਂ ਤਾਂ ਕਿ ਉਹਨਾਂ ਨੂੰ ਪਤਾ ਚੱਲ ਜਾਵੇ ਹਾਂ ਇਹ ਗੱਲ ਠੀਕ ਹੈ ਮੇਰਾ ਨਾਮ ਮੁਹੰਮਦ ਯੂਸਫ ਹੈ ਬਾਈ ਔਰ ਦੁਬਾਰਾ ਸਾ ਮੈਂ ਇੱਕ ਦਫ਼ਾ ਰਿਪੀਟ ਕਰ ਦੂੰ ਕਿ ਮੇਰੇ ਦਾਦੇ ਮੇਰੇ ਬਾਪ ਕਾ ਨਾਮ ਮੁਹੰਮਦ ਸੁਲੇਮਾਨ ਥਾ ਉਸਕੇ ਚਾਰ ਬਾਈ ਥੇ ਯਾਨੀ ਮੇਰੇ ਬਾਪ ਔਰ ਚਾਰ ਬਾਈ ਹੈ ਮੁਹੰਮਦ ਸੁਲੇਮਾਨ ਅਬਦੁਲ ਰਸ਼ੀਦ ਅਕਬਰ ਕੀ ਤੋ ਸ਼ਾਇਦ ਪਾਕਿਸਤਾਨ ਕੀ ਪੈਦਾਇਸ਼ ਥੀ ਔਰ ਆਪਣਾ ਬਾਬੂ ਠੀਕ ਹੈ ਬਾਬੂ ਵੀ ਉਰਫ ਥਾ ਉਹ ਮੇਰੇ ਚਾਚੇ ਕਾ ਨਾਮ ਉਹ ਉਸ ਨਾਮ ਕੁਛ ਹੋਰ ਥਾ ਯਾਨੀ ਉਰਫ ਬਾਬੂ ਕਵੇਂ ਥੇ ਉਸਨੇ ਠੀਕ ਤੋ ਦਾਦੇ ਮੇਰੇ ਕਾ ਨਾਮ ਥਾ ਮੁੱਲਾ ਰਹਿਮਤ ਔਰ ਉਨਕੇ ਵਾਲਦ ਕਾ ਨਾਮ ਥਾ ਦਾਦੇ ਜੀ ਕੇ ਵਾਲਦ ਕਾ ਯਾਨੀ ਮੇਰੇ ਪਰਦਾਦੇ ਕਾ ਹੁਸੈਨ ਵਲਦ ਹਸਨ ਉਰਫ ਹਸਨੂ ਕਾ ਮੈਂ ਥੇ ਉਹਨੇ ਔਰ ਬੇਗੇ ਮੈਂ ਇਨਕੀ ਜ਼ਮੀਨ ਥੀ ਔਰ ਗਾਲਬਨ ਦਰਿਆ ਕੇ ਸਾਥ ਕਹੀ ਠੀਕ ਹੈ ਉਹਨਾਂ ਨੂੰ ਪਤਾ ਹੀ ਹੋਣਾ ਤੁਹਾਡੇ ਦਾਦਾ ਜੀ ਉੱਥੇ ਜਾ ਕੇ ਉਹਨਾਂ ਨੂੰ ਮਿਲ ਕੇ ਆਏ ਹੋਣੇ ਉਹਨਾਂ ਨੂੰ ਸਾਰਾ ਪਤਾ ਹੋਣਾ ਜੋ ਹਾਂਜੀ ਉਹਨਾਂ ਨੂੰ ਪਤਾ ਉਹਨਾਂ ਅਸਲ ਵਕਤ ਕਾਫੀ ਗੁਜ਼ਰ ਗਿਆ ਨਾ ਹਾਂਜੀ ਉਸ ਵਕਤ ਜਿਹੜੇ ਲੋਕ ਸਨ 45-40 ਸਾਲ ਪਹਿਲੇ 15-20 ਸਾਲ ਦੇ ਉਹਨਾਂ ਨੂੰ ਤਾਂ ਕੁਝ ਹੋਸ਼ ਹੋਏਗੀ ਚਲੋ ਸ਼ਾਇਦ ਉਹ ਸੁਣਦੇ ਹੋਣ ਹਾਂਜੀ ਜੋ ਕੋਈ ਬਜ਼ੁਰਗ ਹੋਵੇ ਉਹ ਪਛਾਣ ਲਏਗਾ ਜੀ ਜੀ ਕੁਛ ਤੋ ਅਗਰ ਕੋਈ ਬਾਈ ਸੁਣ ਰਿਹਾ ਤਾਂ ਮਨੇ ਬੜੇ ਖੁਸ਼ੀ ਹੋਵੇਗੀ ਕਿ ਮੇਰਾ ਕੋਈ ਰਿਸ਼ਤੇਦਾਰ ਇਸ ਪੀੜ੍ਹੀ ਮੈਂ ਸਹਿ ਮੇਰੇ ਸਾਥ ਬਾਤ ਕਰੇਗਾ ਤੋ ਠੀਕ ਹੈ ਮੈਂ ਮੇਰਾ ਨੰਬਰ ਇਹ ਹੈ ਫੋਨ ਨੰਬਰ ਦੱਸ ਦਿਓ ਸਾਡਾ ਇੱਥੇ 00 ਅੱਗੇ ਕੀ ਲੱਗਦਾ ਪਾਕਿਸਤਾਨ 0092 ਨੰਬਰ ਮੇਰਾ ਹੈ 0092 347 11 36 102 ਠੀਕ ਹੈ ਦੁਬਾਰਾ ਰਿਪੀਟ ਕਰਦਿਆਂ 0092 347 11 36 102 ਚਲੋ ਕੋਈ ਨਹੀਂ ਮਸਲਾ ਮੇਰਾ ਨੰਬਰ ਮੈਂ ਥੱਲੇ ਦੇ ਦਿੰਦਾ ਉਹਨਾਂ ਨਾ ਹੋਇਆ ਮੈਂ ਆਪ ਰਾਬਤਾ ਕਰਕੇ ਤੁਹਾਨੂੰ ਦੱਸਦਾ ਠੀਕ ਹੈ ਠੀਕ ਹੈ ਓਕੇ ਜੀ ਅੱਲਾ ਹਾਫਿਜ਼